ਜਿਹੜੀ ਗੁਰਸਿੱਖ ਹੰਡਾਂ ਦੀ ਜੋ ਸਦਾ ਜਦੋਂ ਵੀ ਨਾਨਕ ਸਰ ਜਾਈਦਾ ਉੱਥੇ ਜੋ ਸਟੇਜ ਸੈਕਟਰੀ ਹੁੰਦੇ ਸਨ ਵੱਡੇ ਭਜਨ ਸੀ ਉਹ ਵੀ ਆਖਦੇ ਸਨ ਵੀ ਆ ਸ਼ਬਦ ਸੁਣਾਓ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂ ਦੇ ਮਸਤਕ ਲੱਗੇ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ ਆਓ ਇਹ ਸਰਵਣ ਕਰੋ ਮੇਰੀ ਖੱਲੋ ਮੌਜੜੇ ਗੁਰਸਿੱਖ ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਇਸ ਪਵਿੱਤਰ ਵਾਰ ਦੇ ਅੰਦਰ ਆਖਦੇ ਨੇ ਚਰਨਾਂ
ਨੂੰ ਪੂਜਿਆ ਜਾਂਦਾ ਹੈ। ਚਰਨਾਂ ਦੀ ਉਸਤਤ, ਚਰਨਾਂ ਦੀ ਮਹੱਤਤਾ ਦੀ ਗੱਲ ਕਰਦੇ ਨੇ। ਸਿਰ ਨੂੰ ਕੋਈ ਨਹੀਂ ਪੂਜਦਾ, ਕਿਸੇ ਸਰੀਰ 'ਚ ਚਿਹਨ ਨੂੰ ਨਹੀਂ ਪੂਜਿਆ ਜਾਂਦਾ, ਪਰ ਐਸਾ ਕਿਹੜਾ ਕਰਮ ਕਰਦੇ ਨੇ ਜਿਸ ਕਰਕੇ ਸਿਰ ਚਰਨਾਂ ਉੱਪਰ ਝੁਕਦੇ ਨੇ। ਕਿੰਨਾ ਦੇ ਚਰਨਾਂ ਉੱਪਰ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਨਾਮ ਬਾਣੀ ਦੇ ਨਾਲ ਜੁੜੇ ਨੇ, ਜਿਨ੍ਹਾਂ ਦੀ ਰਹਿਤ ਗੁਰਮਤ ਅਨੁਸਾਰ ਹੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਵੀ ਆਖ ਰਹੇ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਏ। ਸਭ ਚੇਨ ਛੱਡ ਪੂਜੀਆਂ ਨੂੰ ਕੌਣ ਕਰਮ ਕਮਾਉਂਦੇ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਗੁਰੂ ਦੀ ਸ਼ਰਨ ਵਿੱਚ, ਸਾਧ ਸੰਗਤ ਵਿੱਚ ਇਹ ਚਰਨੀ ਤਾਂ ਲੈ ਕੇ ਆਉਂਦੇ ਨੇ ਭਾਈ। ਜਦੋਂ ਮਨੁੱਖ ਸੰਗਤ ਕਰਦਾ, ਸਤ ਸੰਗਤ ਕਰਦਾ, ਚਰਨਾਂ ਦੇ ਆਸਰੇ ਚੱਲ ਕੇ ਪਹੁੰਚਦਾ ਹੈ ਨਾ। ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਚਰਨ ਬੇਸ਼ੱਕ ਨੀਵੇਂ ਨੇ ਪਰ ਸਿਰ ਝੁਕਦੇ ਨੇ ਚਰਨਾਂ ਉੱਪਰ। ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਨੇ, ਨਾਮ ਬਾਣੀ ਦੇ ਨਾਲ ਜੁੜੇ ਨੇ, ਸਦਾ ਸੀਸ ਉਹਨਾਂ ਦੇ ਚਰਨਾਂ ਉੱਪਰ ਝੁਕਦਾ ਹੈ। ਸਭ ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਗੁਰੂ ਦੀ ਸ਼ਰਨ ਵਿੱਚ, ਸਾਧ ਸੰਗਤ ਵਿੱਚ ਇਹ ਚਰਨਾਂ ਦੇ ਆਸਰੇ ਚੱਲ ਕੇ ਜੀਵ ਆਉਂਦਾ ਹੈ। ਸਭ ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ, ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ। ਸਭ ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ, ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ। ਮੇਰੀ ਖਲੋ ਮਾਜੜੇ ਗੁਰਸਿੱਖੇ, ਮੇਰੀ ਖਲੋ ਮਾਜੜੇ ਗੁਰਸਿੱਖੇ, ਮਸਤਕ ਲੱਗੇ ਸਾਧ ਰੇਨ ਵੱਡ ਭਾਗ ਜਿਨਾਂਦੇ, ਮਸਤਕ ਲੱਗੇ ਮਾਜੜੇ
सुहावा चरनी मुख सुहावा जाता जस गावे जियो पया तो शरणी हर किया कथा कहानिया हर किया कथा कहानिया गुरमीत सुनाया बलिहारी गुर अपने गुर को बल जाया आए मिले गुर सिख आए मिले गुर सिख आए मिल तुम मेरे गुरु के प्यारे तुम मेरे गुरु के प्यारे हर के गुण हर भाव दे से गुरु ते पाए जिन गुरु का पाना मन्या किन कुम कुम जाए जिन सतगुर प्यारा देखिया तिन को हम वारी जिन गुर की कीती चाकरी जिन गुर की कीती चाकरी इन सद बल हरे मेरी खलों माजड़े गुर सिख हटादे मेरी खलों माजड़े गुर सिख हटादे मेरी खलों माजड़े गुर सिख